ਫਤਿਹਗੜ੍ਹ ਸਾਹਿਬ ਦੇ ਪਿੰਡ ਮਲਕਪੁਰ ਵਿੱਚ ਇੱਕੋ ਪਰਿਵਾਰ ਦੀਆਂ ਤਿੰਨ ਲੜਕੀਆਂ ਅਜੀਬ ਬਿਮਾਰੀ ਨਾਲ ਪੀੜਤ ਹੋਣ ਕਾਰਨ ਚੱਲ ਫਿਰ ਨਹੀਂ ਸਕਦੀਆਂ। ਤਿੰਨੋਂ ਪੈਣਾ 12 ਸਾਲ ਦੀ ਉਮਰ ਤੱਕ ਤਾਂ ਸਹੀ ਸਲਾਮਤ ਸਨ, ਪਰ 12 ਸਾਲ ਦੀ ਉਮਰ ਪਾਰ ਕਰਦੇ ਹੀ ਇਹਨਾਂ ਦੇ ਸਰੀਰ ਦਾ ਹੇਠਲਾ ਹਿੱਸਾ ਅਪਾਹਜ ਹੋ ਗਿਆ ਤੇ ਇਹ ਲੜਕੀਆਂ ਹੱਥਾਂ ਦੇ ਸਹਾਰੇ ਤੁਰਨ ਲਈ ਮਜਬੂਰ ਨੇ। ਪਰਿਵਾਰ ਗਰੀਬ ਹੋਣ ਕਾਰਨ ਘਰ ਚਲਾਉਣ ਵਿੱਚ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਏ। ਕੁਝ ਦਾਨੀ ਸੱਜਣਾਂ ਦੀ ਮਦਦ ਨਾਲ ਲੜਕੀਆਂ ਦਾ ਕਾਫੀ ਇਲਾਜ ਕਰਵਾਇਆ ਜਾ ਚੁੱਕਾ ਏ, ਪਰ ਡਾਕਟਰਾਂ ਦਾ ਕਹਿਣਾ ਏ ਕਿ ਇਸ ਅਜੀਬ ਬਿਮਾਰੀ ਦਾ ਇਲਾਜ ਸੰਭਵ ਨਹੀਂ ਏ। ਫਿਲਹਾਲ ਫਤਿਹਗੜ੍ਹ ਸਾਹਿਬ ਸੋਸ਼ਲ ਵੈਲਫੇਅਰ ਐਂਡ ਡਿਵੈਲਪਮੈਂਟ ਸੋਸਾਇਟੀ ਵੱਲੋਂ ਉਕਤ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਏ। ਪੀੜਤ ਲੜਕੀਆਂ ਕੁਲਜੀਤ ਕੌਰ ਤੇ ਸ਼ਿੰਦਰ ਕੌਰ ਨੇ ਦੱਸਿਆ ਕਿ ਉਹ 12 ਤੋਂ 18 ਸਾਲ ਦੀ ਉਮਰ ਤੱਕ ਤਾਂ ਠੀਕ ਰਹੀਆਂ, ਪਰ ਇਸ ਤੋਂ ਬਾਅਦ ਅਚਾਨਕ ਸਰੀਰ ਦਾ ਹੇਠਲਾ ਹਿੱਸਾ ਨਕਾਰਾ ਹੋ ਗਿਆ। ਮਹਿੰਗਾ ਇਲਾਜ ਕਰਾਉਣ ਦੇ ਬਾਵਜੂਦ ਵੀ ਬਿਮਾਰੀ ਦਾ ਇਲਾਜ ਨਹੀਂ ਹੋ ਸਕਿਆ। ਆਖਿਰ ਉਹਨਾਂ ਨੂੰ ਤੁਰਨ ਫਿਰਨ ਤੋਂ ਲਾਚਾਰ ਹੋਣਾ ਪਿਆ। ਦੁੱਖ ਭਰੀ ਗੱਲ ਇਹ ਵੀ ਹੈ ਕਿ ਇਹਨਾਂ ਲੜਕੀਆਂ ਵਿੱਚੋਂ ਇੱਕ ਸ਼ਿੰਦਰ ਕੌਰ ਦਾ ਆਧਾਰ ਕਾਰਡ ਨਹੀਂ ਬਣ ਸਕਦਾ, ਕਿਉਂਕਿ ਉਸਦੇ ਹੱਥਾਂ ਦੀਆਂ ਲਕੀਰਾਂ ਨਹੀਂ ਹਨ ਜੋ ਕਿ ਆਧਾਰ ਕਾਰਡ ਬਣਾਉਣ ਲਈ ਜ਼ਰੂਰੀ ਨੇ। ਸ਼ਿੰਦਰ ਕੌਰ ਨੇ ਦੱਸਿਆ ਕਿ ਹੱਥਾਂ ਸਹਾਰੇ ਤੁਰ ਤੁਰ ਕੇ ਉਸਦੇ ਹੱਥਾਂ ਦੀਆਂ ਲਕੀਰਾਂ ਤੱਕ ਮਿਟ ਗਈਆਂ ਨੇ ਤੇ ਆਧਾਰ ਕਾਰਡ ਨਾ ਹੋਣ ਕਾਰਨ ਉਸ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕਣਕ ਤੇ ਹੋਰ ਰਾਸ਼ਨ ਨਹੀਂ ਮਿਲਦਾ। ਪਹਿਲਾਂ 18 ਸਾਲ ਤੱਕ ਤਾਂ ਅਸੀਂ ਤੁਰਦੇ ਰਹੇ, ਉਸ ਤੋਂ ਬਾਅਦ ਪਤਾ ਨਹੀਂ ਜੀ ਸਾਨੂੰ ਕੁਛ ਨਹੀਂ ਪਤਾ ਹੈਗਾ, ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਬੈਠਣਾ ਸ਼ੁਰੂ ਹੋ ਗਿਆ। ਇਹਨਾਂ ਸਾਡੀ ਮਦਦ 2 ਸਾਲ ਹੋ ਗਏ, 2.5 ਸਾਲ ਹੋ ਗਏ ਸਾਡੀ ਮਦਦ ਇਹ ਕਰਦੇ ਨੇ। ਆਧਾਰ ਕਾਰਡ ਬਣਿਆ ਨੀ ਹੈਗਾ ਮੇਰਾ, ਇਹ ਵੀਰ ਉਹਨਾਂ ਨੇ ਬਣਾਇਆ ਸੀਗਾ ਪਰ ਉਹਨਾਂ ਦੇ ਹੱਥ ਨਿਸ਼ਾਨ ਠੀਕ ਨੀ ਆਏ ਤੇ ਉਹ ਮੇਰਾ ਆਧਾਰ ਕਾਰਡ ਬਣਿਆ ਨਹੀਂ, ਉਸ ਕਰਕੇ ਮੇਰੀ ਕਣਕ ਵੀ ਸਰਕਾਰ ਵੱਲੋਂ ਬਣਦਾ ਸਾਡੀ। ਹਾਂਜੀ, 3.5 ਜਣਿਆਂ ਦੀ ਕਣਕ ਬਣਦਾ ਹੁਣ ਦੁਬਾਰਾ, ਉਹਨਾਂ ਦੇ ਤਾਂ ਫਾਰਮ ਭਰਵਾ ਤੇ 2 ਦੇ ਬਣਾ ਤੇ ਜੀ। ਲੜਕੀਆਂ ਤੇ ਉਹਨਾਂ ਦੇ ਪਿਤਾ ਨੇ ਫਤਿਹਗੜ੍ਹ ਸਾਹਿਬ ਸੋਸ਼ਲ ਵੈਲਫੇਅਰ ਐਂਡ ਡਿਵੈਲਪਮੈਂਟ ਸੋਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਇਹ ਸੋਸਾਇਟੀ ਪਿਛਲੇ 2.5 ਸਾਲ ਤੋਂ ਉਹਨਾਂ ਦੇ ਪਰਿਵਾਰ ਦੀ ਆਰਥਿਕ ਤੇ ਹੋਰ ਘਰੇਲੂ ਸਮਾਨ ਦੇ ਕੇ ਮਦਦ ਕਰਦੀ ਆ ਰਹੀ ਹੈ। ਬਹੁਤ ਵਧੀਆ ਮਦਦ ਕਰਦੇ ਆ ਸਾਡੀ, ਹਰ ਇੱਕ ਚੀਜ਼ ਸਾਨੂੰ ਲਿਆ ਕੇ ਦਿੰਦੇ ਜਿਹਦੀ ਸਾਨੂੰ ਜ਼ਰੂਰਤ ਹੁੰਦੀ ਹੈ, ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। 10-12 ਸਾਲ ਤੋਂ ਬਾਅਦ ਇਹਨਾਂ ਨੂੰ ਇਹ ਟੈਸਟ ਹੁੰਦਾ ਜਾਂ ਟੈਸਟ ਹੋ ਗਿਆ, ਪਰ ਕੋਈ ਸਾਫ ਦੂਰ ਹੋ ਗਿਆ ਸੀ ਇਹਨੂੰ ਵੀ ਮਿਲਦਾ ਕਰਦਾ, ਹੁਣ ਇਲਾਜ ਵੀ ਫਿਰ ਕਰ ਲਏ, ਪਰ ਇਲਾਜ ਕੋਈ ਨਹੀਂ ਹੋਇਆ, ਕੁਛ ਕੁਛ ਨੁਕਸਾਨ ਦਾ ਨਹੀਂ ਹੋਇਆ ਵੀ ਇਹਨਾਂ ਨੂੰ ਵਿਚਾਰਿਆ ਨਾ, ਇਹਨਾਂ ਨੂੰ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। 2 ਸਾਲ ਹੋ ਗਏ ਬੜੀ ਇਹ ਮਦਦ ਸਹਾਇਤਾ ਕਰਦੇ ਜਾਂਦੇ, ਕੋਈ ਮਦਦ ਨਹੀਂ ਹੋਈ ਸਰਕਾਰ ਵੱਲੋਂ ਸਾਡੀ, ਆਹੀ ਆ ਜੀ 200-250 ਰੁਪਇਆ ਮਿਲਣਾ, 500 ਆਉਂਦੀਆਂ 2 ਕੁਇੰਟਲ ਦੂਜੀਆਂ ਉਹ ਲੈਣਾ, ਕੋਈ ਮਦਦ ਨਹੀਂ ਹੈ। ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਲਜੀਤ ਸਿੰਘ ਪੁੱਟਾ ਮੁਤਾਬਕ ਲੱਤਾਂ ਤੋਂ ਅਪਾਹਜ ਹੋ ਚੁੱਕੀਆਂ 2 ਲੜਕੀਆਂ ਦੇ ਆਧਾਰ ਕਾਰਡ ਬਣਵਾਏ ਗਏ ਨੇ, ਪਰ 3 ਲੜਕੀ ਦੇ ਹੱਥਾਂ ਦੀਆਂ ਲਕੀਰਾਂ ਮਿਟਣ ਕਰਕੇ ਉਸਦਾ ਆਧਾਰ ਕਾਰਡ ਨਹੀਂ ਬਣ ਸਕਿਆ, ਜਿਸ ਕਾਰਨ ਉਸ ਨੂੰ ਕੋਈ ਵੀ ਸਰਕਾਰੀ ਸਹੂਲਤ ਨਹੀਂ ਮਿਲ ਰਹੀ। ਉਹਨਾਂ ਹੋਰ ਸਮਾਜਿਕ ਸੰਸਥਾਵਾਂ ਨੂੰ ਵੀ ਅਜਿਹੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਕਿਸੇ ਕਾਰਨ ਆਧਾਰ ਕਾਰਡ ਨਹੀਂ ਬਣ ਸਕਦੇ, ਸਰਕਾਰ ਵੱਲੋਂ ਉਹਨਾਂ ਲਈ ਵੱਖਰੀ ਸਹੂਲਤ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਏ। ਪਿੰਡ ਮਲਕਪੁਰ ਦੇ ਵਿੱਚ ਇੱਕੋ ਪਰਿਵਾਰ ਦੀਆਂ ਜਿਹੜੀਆਂ 3 ਲੜਕੀਆਂ ਹੈਂਡੀਕੈਪਟ ਨੇ, ਪਰਿਵਾਰ ਦੇ ਵਿੱਚ ਜਿੱਥੇ 10-12 ਮੈਂਬਰ ਨੇ ਉੱਥੇ 3 ਲੜਕੀਆਂ ਜਿਹੜੀਆਂ ਬਾਹਰ ਜਾ ਨਹੀਂ ਸਕਦੀਆਂ, ਤੁਰ ਫਿਰ ਨਹੀਂ ਸਕਦੀਆਂ, ਬਿਲਕੁਲ ਲੱਤਾਂ ਤੋਂ ਅਪਾਹਜ ਨੇ। ਪਿਛਲੇ ਸਮੇਂ 'ਚ ਭਾਵੇਂ ਕਿ ਹਰ ਇੱਕ ਨੂੰ ਜਿਹੜਾ ਆਟਾ ਦਾਲ ਦੇ ਸਕੀਮ ਦੇ ਰਾਹੀਂ ਲੱਗੇ, ਪਰ ਹੁਣ ਪਿੱਛੇ ਜਿਹੜੀ ਨਵੀਂ ਸਰਕਾਰ ਬਣਨ ਤੋਂ ਬਾਅਦ ਵੈਰੀਫਿਕੇਸ਼ਨ ਹੋਈ ਹੈ, ਉਹਦੇ ਵਿੱਚ ਕਾਫੀ ਜਿਹੜੇ ਪਰਿਵਾਰਾਂ ਦੇ ਕੱਟ ਗਏ। ਪਰ ਇਸ ਪਰਿਵਾਰ ਦੀ ਜਿਹੜੀ ਪ੍ਰੋਬਲਮ ਆ ਉਹ ਇਹ ਆਈ ਹੈ ਵੀ ਜਿਹੜੇ ਆਧਾਰ ਕਾਰਡ ਸੀਗੇ, ਅਸੀਂ ਕੋਸ਼ਿਸ਼ ਕੀਤੀ ਵੀ ਪਿੰਡ ਦੇ ਵਿੱਚ ਅਸੀਂ ਜਿਹੜੀ ਮਸ਼ੀਨ ਭੇਜ ਕੇ ਸਾਡੇ ਪਲਵਿੰਦਰ ਸਿੰਘ ਜੀ ਉਹਨੇ ਨਾਲ ਆ ਕੇ ਇਹਨਾਂ ਦੇ ਆਧਾਰ ਕਾਰਡ ਬਣਾਏ, ਪਰ ਇੱਕ ਲੜਕੀ ਦਾ ਜਿਹੜਾ ਫਿੰਗਰ ਪ੍ਰਿੰਟ ਹੈ ਉਹ ਜ਼ਿੰਦਗੀ 'ਚ ਕਦੇ ਉਹਨੇ ਹੱਥ ਨਾਲ ਕੋਈ ਕੰਮ ਨਹੀਂ ਕੀਤਾ ਅਤੇ ਉਹਦੇ ਫਿੰਗਰ ਪ੍ਰਿੰਟ ਨੇ ਜਿਹੜੇ ਉਹ ਉਹਦੇ ਵਿੱਚ ਆ ਨਹੀਂ ਸਕੇ ਅਤੇ ਉਹਦਾ ਆਧਾਰ ਕਾਰਡ ਬਣ ਨਹੀਂ ਸਕਿਆ। ਜਿਹੜਾ ਕਿ ਸਰਕਾਰ ਦਾ ਇੱਕ ਕੋਈ ਇੱਦਾਂ ਦੀ ਕੋਈ ਰੂਲ ਹੋਣਾ ਚਾਹੀਦਾ, ਕੋਈ ਇੱਦਾਂ ਦਾ ਕਾਨੂੰਨ ਹੋਣਾ ਚਾਹੀਦਾ ਵੀ ਜਿਹਦਾ ਕੋਈ ਕੋਈ ਟੀਮ ਹੋਵੇ ਅਸੀਂ ਚਾਹੇ ਐਸ ਟੀ ਐਮ ਦੀ
ਨਿਗਰਾਨੀ ਹੇਠ ਹੋਵੇ ਜਾਂ ਕਿਸੇ ਹੋਰ ਉੱਚ ਅਧਿਕਾਰੀ ਦੀ ਨਿਗਰਾਨੀ ਹੇਠ ਹੋਵੇ ਵੀ ਜਿਹੜਾ ਜਿਹਦਾ ਕੋਈ ਆਧਾਰ ਕਾਰਡ ਬਣ ਹੀ ਨਹੀਂ ਸਕਦਾ ਉਹਨੂੰ ਵੀ ਜਿਹੜੀਆਂ ਨੇ ਸਹੂਲਤਾਂ ਨੇ ਸਰਕਾਰ ਵੱਲੋਂ ਉਹ ਸਹੂਲਤਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਇਹ ਅਸੀਂ ਸਰਕਾਰ ਤੋਂ ਮੰਗ ਵੀ ਕਰਦੇ ਹਾਂ ਔਰ ਅਸੀਂ ਲਿਖਤੀ ਤੌਰ 'ਤੇ ਵੀ ਲਿਖ ਕੇ ਭੇਜਾਂਗੇ ਇਸ ਕਰਕੇ ਅਸੀਂ ਆਪਣੇ ਤੌਰ 'ਤੇ ਸੁਸਾਇਟੀ ਵੱਲੋਂ ਸਾਡੇ ਜਿਹੜੇ ਮੈਂਬਰ ਨੇ ਆਪਣੇ ਤੌਰ 'ਤੇ ਜਿਹੜੇ ਇਹਨਾਂ ਦੀ ਮਦਦ ਅਸੀਂ ਕਰਨ ਆਉਂਦੇ ਹਾਂ ਔਰ ਸਾਰਾ ਰਾਸ਼ਨ ਜਿਹੜਾ ਨਾ ਜੋ ਵੀ ਲੱਗਦਾ ਇਸ ਪਰਿਵਾਰ ਦੇ ਵਿੱਚ ਚਾਹੇ ਕੱਪੜੇ ਤੋਂ ਲੈ ਕੇ ਜਿਹੜੀਆਂ ਵੀ ਜ਼ਰੂਰੀ ਵਸਤਾਂ ਨੇ ਚਾਹੇ ਕੋਈ ਖਾਣ ਪੀਣ ਦੇ ਸਮਾਨ ਲਈ ਸਾਰੀਆਂ ਜਿਹੜੀਆਂ ਵਸਤਾਂ ਅਸੀਂ ਅੱਜ ਦੇ ਕੇ ਚੱਲੇ ਹਾਂ ਔਰ ਦਿੰਦੇ ਰਹਾਂਗੇ।